ਸਸਰੀ ਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਕਿਸਾਨ ਵੀਰੋ ਜੋ ਅੱਜ ਦੀ ਆਪਾਂ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਇਹ ਆਪਾਂ ਮੱਝਾਂ ਗਾਵਾਂ ਦੀ ਫੈਟ ਇਨਕਰੀਜ਼ ਲਈ ਲੈ ਕੇ ਆਏ ਆਂਗੇ ਕਿਉਂਕਿ ਜੋ ਡੈਰੀ ਫਾਰਮਿੰਗ ਦੇ ਵਿੱਚ ਆਪਾਂ ਨੂੰ ਸਾਰਿਆਂ ਤੋਂ ਵੱਡੀ ਇੱਕ ਦਿੱਕਤ ਕੀ ਆ ਜਾਂਦੀ ਹੈਗੀ ਵੀ ਆਪਣੇ ਪਸ਼ੂ ਦੁੱਧ ਤਾਂ ਬਹੁਤ ਦਿੰਦੇ ਨੇ ਪਰ ਉਹਨਾਂ ਦੀ ਫੈਟ ਨਹੀਂ ਆਉਂਦੀ ਹੈਗੀ ਤੇ ਜੇਕਰ ਫੈਟ ਨਾ ਆਵੇ ਤਾਂ ਆਪਾਂ ਨੂੰ ਦੁੱਧ ਦਾ ਪੂਰਾ ਰੇਟ ਨਹੀਂ ਮਿਲੂਗਾ ਜੇ ਰੇਟ ਨਹੀਂ ਮਿਲੂਗਾ ਤਾਂ ਆਪਾਂ ਨੂੰ ਡੈਰੀ ਫਾਰਮਿੰਗ ਦੇ ਵਿੱਚ ਲਾਜ਼ ਹੋਊਗਾ ਤੇ ਆਪਾਂ ਡੈਰੀ ਫਾਰਮਿੰਗ ਦੇ ਲਈ ਇੱਕ ਇਹ ਫਾਰਮੂਲਾ ਜੋ ਤੁਹਾਡੇ ਲਈ ਲੈ ਕੇ ਆਏ ਬਿਲਕੁਲ ਸਸਤਾ ਤੇ ਬਿਲਕੁਲ ਵਧੀਆ ਤੇ ਬਹੁਤ ਜ਼ਿਆਦਾ ਫਾਇਦੇਮੰਦ ਫਾਰਮੂਲਾ ਹੈ ਤੇ ਇਹਦੇ ਲਈ ਕਿਸਾਨ ਵੀਰੋ ਆਪਾਂ ਨੂੰ ਕੋਈ ਬਾਲਾ ਵੱਡੇ ਖਰਚ ਦੀ ਲੋੜ ਨਹੀਂ ਕੋਈ ਵੱਡੇ ਸਮਾਨ ਦੀ ਲੋੜ ਨਹੀਂ ਕਿਉਂਕਿ ਇਹ ਬਹੁਤ ਇੱਕ ਸਸਤਾ ਤੇ ਹਰ ਜਗ੍ਹਾ ਤੋਂ ਆਪਣੇ ਲਈ ਉਪਲਬਧ ਹੋਣ ਵਾਲਾ ਫਾਰਮੂਲਾ ਹੈ ਤੇ ਜੋ ਫਾਰਮੂਲਾ ਕਿਸਾਨ ਵੀਰੋ ਇਹ ਹੈਗਾ ਕਲੀ ਚੂਨਾ ਅਨਬੂਜਾ ਚੂਨਾ ਜਿਹਨੂੰ ਕਹਿੰਦੇ ਨੇ ਆਪਾਂ ਡਲਿਆਂ ਵਾਲੀ ਕਲੀ ਕਿਉਂਕਿ ਇਹ ਇੱਕ ਇਹੋ ਜਿਹਾ ਸਰੋਤ ਹੈ ਆਪਣੇ ਪਸ਼ੂਆਂ ਦੇ ਲਈ ਇਹੋ ਜੀ ਚੀਜ਼ ਹੈ ਜਿਹਦੇ ਨਾਲ ਕਿ ਆਪਣੇ ਪਸ਼ੂਆਂ ਦਾ ਜੋ ਫੈਟ ਵੀ ਇੰਕਰੀਜ਼ ਹੋਊਗੀ ਤੇ ਐਸਐਨਐਫ ਵੀ ਇੰਕਰੀਜ਼ ਹੋਊਗੀ ਤੇ ਪਸ਼ੂਆਂ ਦਾ ਜੋ ਅੰਦਰੂਨੀ ਵੱਲ ਕੇ ਕਮਜ਼ੋਰੀ ਹੁੰਦੀ ਆ ਪਸ਼ੂ ਨੂੰ ਉਹ ਵੀ ਉਹਨਾਂ ਦੀ ਠੀਕ ਹੋਊਗੀ ਤੇ ਬਾਕੀ ਉਹਨਾਂ ਦੀ ਹੱਡੀਆਂ ਵੀ ਵਧੀਆ ਬਣਣਗੀਆਂ ਕਿਉਂਕਿ ਇਹਦੇ ਵਿੱਚ ਪੂਰੀ ਮਾਤਰਾ ਦੇ ਵਿੱਚ ਆਪਾਂ ਨੂੰ ਕੈਲਸ਼ੀਅਮ ਮਿਲਦਾ ਕੈਲਸ਼ੀਅਮ ਦੇ ਨਾਲ ਹੀ ਆਪਣੀ ਫੈਟ ਇਨਕਰੀਜ਼ ਹੋਊਗੀ ਜੇਕਰ ਫੈਟ ਆਪਾਂ ਵਧੀਆ ਲੈਣੀ ਆ ਤਾਂ ਆਪਾਂ ਇਹ ਫਾਰਮੂਲਾ ਜ਼ਰੂਰ ਅਜ਼ਮਾ ਕੇ ਦੇਖਣਾ ਚਾਹੀਦਾ ਆਪਾਂ ਨੂੰ ਆਪਣੇ ਫਾਰਮ ਦੇ ਵਿੱਚ ਕਿਸਾਨ ਵੀਰੋ ਜੋ ਇਹ ਕਲੀ ਚੂਨਾਗਾ ਇਹਦੇ ਨਾਲ ਆਪਣੇ ਜੋ ਪਸ਼ੂ ਨੇਗੇ ਉਹਨਾਂ ਨੂੰ ਕਈ ਵਾਰ ਆਪਣੇ ਬਨਪੈਣ ਦੀ ਦਿੱਕਤ ਆ ਜਾਂਦੀ ਆ ਕਿਉਂਕਿ ਆਪਾਂ ਕਈ ਵਾਰ ਹਰੇ ਚਾਰੇ ਦਾ ਸਮਾਂ ਲਗਾ ਦਿੰਨੇ ਆਗੇ ਉਹ ਪੱਕ ਜਾਂਦਾ ਤੇ ਜਾਂ ਫਿਰ ਆਪਾਂ ਨੂੰ শুকੀ ਤੂੜੀ ਪਾਉਣੀ ਪੈ ਜਾਂਦੀ ਹੈ ਲਗਾਤਾਰ ਕਈ ਦਿਨ ਉਹਦੇ ਨਾਲ ਆਪਣੇ ਪਸ਼ੂ ਗੋਹਾ ਜਿਆਦਾ ਕਹਿੜਾ ਕਰਕੇ ਉਹਨਾਂ ਨੂੰ ਜੋ ਬੰਨ ਪੈਣ ਦੀ ਦਿੱਕਤ ਆਉਂਦੀ ਆ ਉਹ ਇਹ ਕਲੀ ਚੂਨੇ ਨਾਲ ਬਹੁਤ ਹੱਦ ਤੱਕ ਘਟ ਜਾਂਦੀ ਆ ਤੇ ਇਹ ਜੇਕਰ ਆਪਾਂ ਇਹਦੀ ਵਰਤੋਂ ਲਗਾਤਾਰ ਆਪਣੇ ਪਸ਼ੂਆਂ ਨਾਲ ਦੇ ਲਈ ਕਰਦੇ ਰਹੀਏ ਤਾਂ ਆਪਾਂ ਨੂੰ ਉਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਊਗਾ ਤੇ ਇਹਦੀ ਵਰਤੋਂ ਕਿਸਾਨ ਵੀਰੋਂ ਆਪਾਂ ਨੇ ਕਿਵੇਂ ਕਰਨੀ ਆ ਆਪਾਂ ਜਿੱਦਾਂ ਆਪਣੀ ਖੇਲ ਬਣੀ ਹੁੰਦੀ ਆ ਔਲੂ ਬਣਿਆ ਹੁੰਦਾ ਕਈ ਥਾਵਾਂ 'ਤੇ ਚਵੱੱਚਾ ਕਹਿ ਦਿੰਦੇ ਨੇ ਕਿ ਪਾਣੀ ਪਿਲਾਉਣ ਵਾਸਤੇ ਪਸ਼ੂਆਂ ਨੂੰ ਉਹਦੇ ਵਿੱਚ ਆਪਾਂ ਨੇ ਹਰ 1000 ਲੀਟਰ ਮੰਗਰ ਤੁਸੀਂ ਦੇਖ ਸਕਦੇ ਹੋ ਤੁਹਾਡਾ ਵੀ ਔਲੂ ਆ ਜਿਹੜਾ ਮਤਲਬ ਕਿ ਖੇਲ ਹੈ ਉਹ 1000 ਲੀਟਰ ਦੀ ਆ ਜਾਂ 2 ਦੀ ਆ ਜਾਂ 3000 ਲੀਟਰ ਦੀ ਆ ਤੁਸੀਂ ਜੇ ਹਰ 1000 ਲੀਟਰ ਪਾਣੀ ਮੰਗਰ 100 ਗ੍ਰਾਮ ਜੋ ਕਲੀ ਚੁੰਨੇਗਾ ਡਲਿਆਂ ਵਾਲਾ ਉਹ ਲੈ ਕੇ ਉਹਦੇ ਵਿੱਚ ਘੋਲ ਦੇਣਾ ਪਸ਼ੂਆਂ ਨੂੰ ਪਾਣੀ ਪਿਲਾਉਣ ਤੋਂ ਪਹਿਲਾਂ ਤੇ ਹਰ ਤੀਜੇ ਦਿਨ ਜਿੱਦਾਂ ਅੱਜ ਕੋਲ ਤਾਂ ਕੱਲੂ ਛੱਡ ਕੇ ਪਰਸੋਂ ਨੂੰ ਤੁਸੀਂ ਦੁਬਾਰਾ ਫੇਰ ਘੋਲ ਦੇਣਾ ਹਰ ਤੀਜੇ ਦਿਨ ਤੁਸੀਂ ਇਹਦੀ ਵਰਤੋਂ ਕਰਨੀ ਹੈ ਤੁਹਾਡਾ 15 ਤੋਂ ਲੈ ਕੇ 20 ਦਿਨ ਦੇ ਵਿੱਚ ਵਿੱਚ ਫੈਟ ਇਨਕਰੀਜ਼ ਵੀ ਹੋ ਜੂ ਪਸ਼ੂ ਮੰਨ ਲੇ ਪੂਰੇ ਤੰਦਰੁਸਤ ਵੀ ਹੋ ਜਾਣਗੇ ਤੇ ਐਸਐਨਏ ਵੀ ਇਨਕਰੀਜ਼ ਹੋਊਗੀ ਤੇ ਉਹਦੇ ਨਾਲ ਕਿਸਾਨ ਵੀਰੋ ਆਪਣੇ ਪਸ਼ੂਆਂ ਦੀਆਂ ਘਾਟਾਂ ਵੀ ਪੂਰੀਆਂ ਹੋਣਗੀਆਂ ਕਿਉਂਕਿ ਉਹਦੇ ਵਿੱਚ ਬਹੁਤ ਮਾਤਰਾ 'ਚ ਕੈਲਸ਼ੀਅਮ ਮਿਲਦਾ ਤੇ ਕਿਸਾਨ ਵੀਰੋ ਇਸ ਦੀ ਜੋ ਵਰਤੂ ਆਪਾਂ ਜੇਕਰ 1000 ਲੀਟਰ ਤੋਂ ਆਪਣਾ ਆਲੂ ਘਾਟਾ ਤਾਂ ਆਪਾਂ ਉਹਨੂੰ ਉਸ ਤਰ੍ਹਾਂ ਡਿਵਾਈਡ ਕਰਕੇ ਕਰ ਸਕਦੇ ਆਂਗੇ ਤੇ ਇਹਦੇ ਨਾਲ ਆਪਾਂ ਨੂੰ ਬਹੁਤ ਵਧੀਆ ਫਾਇਦਾ ਹੋਣ ਵਾਲਾ ਬਹੁਤ ਸਸਤਾ ਇੱਕ ਫਾਰਮੂਲਾ ਫੈਟ ਵਧਣ ਦੀ ਗਰੰਟੀ ਆ ਕਿਉਂਕਿ ਆਪਾਂ ਆਪਣੇ ਜੋ ਪਸ਼ੂ ਨੇਗੇ ਤਕਰੀਬਨ 4-5 ਸਾਲ ਤੋਂ ਉਹਨਾਂ ਨਾਲ ਆਪਾਂ ਇਹ ਫਾਰਮੂਲਾ ਅਜ਼ਮਾ ਰਹੇ ਆ ਤੇ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਦਾ ਤੇ ਰੀਪੀਟ ਦੀ ਪ੍ਰੋਬਲਮ ਵੀ ਇਹਦੇ ਨਾਲ ਬਹੁਤ ਹੱਦ ਤੱਕ ਘਟ ਜਾਂਦੀ ਹੈ ਕਿਉਂਕਿ ਅੰਦਰੂਨੀ ਜੋ ਪਸ਼ੂ ਨੂੰ ਕਮਜ਼ੋਰੀ ਹੁੰਦੀ ਉਹ ਸਾਰੀ ਆਪਣੀ ਪੂਰੀ ਹੋ ਜਾਂਦੀ ਆ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਵਾਲਾ ਬਟਨ ਜਰੂਰ ਦਬਾਇਓ ਤਾਂ ਜੋ ਵਧੀਆ ਤੋਂ ਵਧੀਆ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਪਹਿਲਾਂ ਚ ਪਹੁੰਚਦੀ ਰਹੇ ਧੰਨਵਾਦ